ਸਤਿ ਸ਼੍ਰੀ ਅਕਾਲ ਜੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਉਧਿਆਣਾ ਤੋਂ ਅੱਜ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਕੁਝ ਡਿਫਰੈਂਟ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਅਸੀਂ ਤੁਹਾਨੂੰ ਆਪਣੀ ਲਾਈਵ ਦੇ ਵਿੱਚ ਜਿਹੜੇ ਦਿਖਾਣ ਜਾ ਰਹੇ ਹਾਂ ਉਹ ਤਕਰੀਬਨ ਅਨਸਟਿਚ ਦੇ ਵਿੱਚ ਦਿਖਾਵਾਂਗੇ ਸਿੰਗਲ ਸਿੰਗਲ ਕਨਸੈਪਟ ਆਏ ਨੇ ਇਹਦੇ ਵਿੱਚ ਕੁਝ ਪਲਾਜ਼ੋ ਵਾਲੇ ਨੇ ਕੁਝ ਸ਼ਾਰਾਰੇ ਵਾਲੇ ਨੇ ਤੇ ਕੁਝ ਫੈਬਰਿਕ ਵਾਲੇ ਪੀਸ ਹੋਣਗੇ ਤਕਰੀਬਨ ਤੁਹਾਨੂੰ 20 ਪੀਸ ਦਿਖਾਵਾਂਗੇ ਸਾਰਿਆਂ ਦੇ ਵਿੱਚ ਸਿੰਗਲ ਸਿੰਗਲ ਕਲਰ ਹੈ ਆਰਟੀਕਲ ਜਿਹੜੇ ਹੈਗੇ ਨੇ ਸਾਰੇ ਉਹ ਟੋਟਲ ਇਹ ਚ ਹੈਂਡ ਐਮਬਰਾਇਡਰੀ ਹੈ ਕੁਝ ਮਲਟੀ ਹੈਡ ਦੇ ਨੇ ਕੁਝ ਲੈਦਰ ਐਮਬਰਾਇਡਰੀ ਦੇ ਨੇ ਕੁਝ ਬਰਾਰਸੀ ਉੱਤੇ ਆਟਮਾਈਆਂ ਨੇ ਤੇ ਇਹਨਾਂ ਵਾਸਤੇ ਤੁਸੀਂ ਸਾਡੇ ਨੰਬਰ ਨੇ ਉਹ ਨੋਟ ਕਰ ਲਓ ਪਲੀਜ਼ ਇੱਕ ਵਾਰੀ ਇਹ ਸਾਡੇ ਤਿੰਨ ਨੰਬਰ ਨੇ ਸਟੋਰ ਦੇ ਨੇ ਤਿੰਨਾਂ ਨੰਬਰਾਂ ਤੇ ਵਟਸਐਪ ਚੱਲਦਾ ਜੀ ਤੁਹਾਨੂੰ ਜੋ-ਜੋ ਚੰਗਾ ਲੱਗਦਾ ਤੁਸੀਂ ਇਹਨਾਂ ਨੰਬਰਾਂ ਤੇ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਆਲ ਓਵਰ ਵਰਲਡ ਵਾਈਡ ਸ਼ਿਪਮੈਂਟ ਆਪਣੀ ਤੁਸੀਂ ਅਗਰ ਕਿਤੇ ਵੀ ਪੀਸ ਮੰਗਾਣਾ ਚਾਹੁੰਦੇ ਹੋ ਇੰਡੀਆ ਚ ਮੰਗਾਣਾ ਚਾਹੁੰਦੇ ਹੋ ਆਊਟ ਆਫ ਇੰਡੀਆ ਮੰਗਾਣਾ ਚਾਹੁੰਦੇ ਹੋ ਹਰ ਜਗ੍ਹਾ ਪੀਸ ਪਹੁੰਚ ਜਾਏਗਾ ਜੀ ਤਿੰਨ ਤੋਂ ਚਾਰ ਦਿਨ ਲੱਗਦੇ ਨੇ ਇੰਡੀਆ ਵਿੱਚ ਤੇ ਸੱਤ ਤੋਂ ਅੱਠ ਦਿਨ ਲੱਗਦੇ ਨੇ ਆਊਟ ਆਫ ਇੰਡੀਆ ਲਓ ਜੀ ਨੰਬਰ ਨੋਟ ਕਰ ਲਓ ਤੁਸੀਂ ਵੀਡੀਓ ਸ਼ੁਰੂ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਦਿਖਾ ਰਿਹਾ ਬੋਟਲ ਗ੍ਰੀਨ ਕਲਰ ਦੇ ਵਿੱਚ ਆਈਟਮ ਆਈ ਹੈ ਇਮਰਾਲਡ ਗ੍ਰੀਨ ਦੇ ਵਿੱਚ ਸਕਰਟ ਆਏਗੀ ਨੀਚੇ ਇਹਦੇ ਤੇ ਟੋਟਲ ਸਾਰਾ ਸੀਕੁਐਂਸ ਦਾ ਵਰਕ ਹੈ ਸਾਰਾ ਇਹਦੇ ਵਿੱਚ ਦਿੱਲੇਕਾਰੀ ਦੇ ਨਾਲ ਨਾਲ 0 ਨੰਬਰ ਦੀ ਸੀਕੁਐਂਸ ਚੱਲੀ ਆ نیچے ਪੂਰਾ ਬਾਰਡਰ ਆਏਗਾ ਹੈਵੀ ਸਕਰਟ ਦੇ ਵਿੱਚ ਉੱਪਰ ਪੂਰੀ ਸਿੰਗਲ ਸਿੰਗਲ ਲਾਈਨ ਆਏਗੀ EMBROIDERY ਦੇ ਵਿੱਚ ਇਸ ਤਾਈ ਦੇ ਚਨਾਲੇ ਦੇ ਇਸ ਤਾਈ ਸੇਮੇ ਦੀ ਬੈਕ ਤੇ EMBROIDERY ਆਏਗੀ ਪੂਰੀ ਸ਼ਰਟ ਦਾ ਫਰੰਟ ਫੁੱਲ ਬੈਕ ਤੇ ਇਹਦੇ ਨਾਲ ਇਸ ਤਾ ਆਏਗੀ ਸ਼ਰਟ ਦਾ نیچے ਕਿਰਾ ਆਏਗਾ ਹੈਵੀ ਇਹ ਸਾਰਾ ਜਿਹੜਾ ਫੈਬਰਿਕ ਹੈ ਡਸ਼ੀਨ ਕريب ਦੇ ਉੱਤੇ ਹੈ ਜਿਹੜਾ ਚਰਨ ਕريب ਦੇ ਉੱਤੇ ਛੜ ਦੇ نیچے ਬਾਰਡਰ ਆਏਗਾ ਉੱਪਰ ਸਕੁਅਰ ਬੂਟੀ ਆਏਗੀ neck ਬਹੁਤ ਸੋਹਣਾ ਬਣਿਆ ਇਸ ਤਰ੍ਹਾਂ ਕੁੜਤਾ ਪੱਟੀ ਦੇ ਵਿੱਚ ਹੈਵੀ neck ਸਾਰਾ ਟੋਟਲ ਮਲਟੀ ਹੇਡ ਦਾ ਕੰਮ ਹੁੰਦਾ ਹੈ ਨਾਲ ਇਹਦੇ ਬੈਲ ਸਲੀਵਆਂ ਨਹੀਂ ਇਸ ਤਰ੍ਹਾਂ ਦੁਪੱਟਾ ਨਾਲ ਇਹ ਆਏਗਾ ਕੰਟਰਾਸਟ ਜਿਸ ਕਦਰ ਦੀ ਪੇਸਟਿੰਗ ਪਾਈਪਿੰਗ ਦਿੱਤੀ ਹੋਈ ਹੈ ਜਾਂ ਲਾਈਟ ਕਲਰ ਦੀ ਉਹਦੇ ਨਾਲ ਕੰਟਰਾਸਟ ਆਏਗਾ ਲਾਈਟ ਗ੍ਰੀਨ ਦੇ ਨਾਲ ਡਾਰ ਗ੍ਰੀਨ ਦੀ ਮੈਚਿੰਗ ਇਸ ਤਰ੍ਹਾਂ ਇਹ ਇਹ ਕਨਸੈਪਟ ਆਏਗਾ ਪੂਰਾ ਦੁਪੱਟਾ 4 ਸਾਈਡ ਐਮਬਰਾਇਡਰੀ ਹੈ ਦੁਪੱਟੇ ਦੇ ਵਿੱਚ ਇਹ ਕੋਈ ਪੈਚ ਮਲਟੀ ਹੱਡ ਦੀ ਸਾਰੀ ਐਮਬਰਾਇਡਰੀ ਹੈ ਵਿੱਚ ਇਹਦੇ ਸਿੰਗਲ ਸਿੰਗਲ ਬੂਟੀ ਆਏਗੀ ਚਨੌਂਸ਼ ਫੋਨ ਦਾ ਦੁਪੱਟਾ ਆਏਗਾ ਇਹ ਲੋਕਾਈ ਕੀ ਪੂਰੇ ਆਰਟੀਕਲ ਦੀ ਸਤਿ ਸਾਕਾਲ ਜੀ ਕਮਲ ਜੀ ਸਤਿ ਸਾਕਾਲ ਜੀ ਮੰਦੀਪ ਜੀ ਸਤਿ ਸਾਕਾਲ ਜੀ ਰਿੰਪੀ ਜੀ ਸਤਿ ਸਾਕਾਲ ਮੋਨਿਕਾ ਜੀ ਸਤਿ ਸਾਕਾਲ ਬੇਟਾ ਪ੍ਰਾਈਜ਼ ਆਈਟਮ ਨੰਬਰ 1 ਹੈ ਜੀ ਇਹਦਾ ਪ੍ਰਾਈਜ਼ ਪਵੇਗਾ ਆਪਾਂ ਨੂੰ 3600 ਰੁਪਏ ਜੀ ਸੈਮੀ ਸਟਿਚਾ ਜੀ ਲੋਰ ਨੀਚੇ ਫੁੱਲੀ ਸਟਿਚਾ ਸ਼ਰਟ ਇਹਦੇ ਨਾਲ ਸੈਮੀ ਸਟਿਚਾ ਦੁਪੱਟਾ ਆਲਮੋਸਟ ਸਟੱਡੀ ਹੁੰਦਾ ਸਭ ਦਾ ਨੈਕ ਚਲੋ ਜੀ ਸ਼ੁਸ਼ਮਾ ਜੀ ਸਤਿ ਸਾਕਾਲ ਜੀ ਇਹਦਾ ਪਾਣੀ ਬਾਜ ਲੋਜੀ ਕੇਆ ਕਨਸੈਪਟ ਆਏਗਾ ਇਹ ਸ਼ਰਾਰਾ ਆਏਗਾ ਸਾਰਾ ਕਲੀਆਂ ਵਾਲਾ ਜੀ ਲਾਇਲੈਕ ਮੂਵ ਕਲਰ ਦੇ ਵਿੱਚ ਹੈ نیچے ਪੂਰਾ ਬਾਰਡਰ ਆਏਗਾ ਲੈਦਰ ਪੱਤੀ ਦਾ ਉਹਦੇ ਨਾਲ-ਨਾਲ ਗੋਟੇ ਦੀ ਸੈਟਿੰਗ ਹੈ ਉਹਦੇ ਵਿੱਚ ਬੂਟੇ ਬਨੇ ਨੇ ਬਹੁਤ ਸੋਨੇ ਫਲਾਵਰ ਇਸ ਤਰ੍ਹਾਂ ਪੇਜ਼ਲੀ ਸਟਾਈਲ ਦੇ ਵਿੱਚ ਇਹ ਕਲੀਆਂ ਦੇ ਵਿੱਚ ਬਣਿਆ ਸਾਰਾ ਇਹਦਾ ਪੂਰਾ ਫਰੰਟ ਐਂਡ ਬੈਕ ਪੂਰੀ ਕਲੀਆਂ ਨੇ ਇਸ ਤਰ੍ਹਾਂ ਸ਼ਰਟ ਆਏਗੀ ਬਿਲਕੁਲ ਲਾਈਟ ਦੇ ਵਿੱਚ ਲਾਈਟ ਕਲ ਐਮਬਰਾਇਡਰੀ ਸ਼ਰਟ ਦੇ ਵਿੱਚ ਸਿਰਫ ਕੇਰਾ ਆਏਗਾ ਸਿੰਗਲ ਸਿੰਗਲ ਪੈਂਟੈਕਸ ਆਏਗੀ ਇਹਦੇ ਉੱਪਰ ਆਏਗਾ ਨੈੱਕ ਬਣਿਆ ਬਹੁਤ ਸੋਹਣਾ ਇਸਦਾ ਹਲਕਾ ਜਿਹਾ ਐਮਬਰਾਇਡਰੀ ਦੇ ਵਿੱਚ ਇਹ ਸਾਰਾ ਪਫ ਐਮਬਰਾਇਡਰੀ ਦੇ ਵਿੱਚ ਨਾਲ ਬੈਲਟ ਸਟ੍ਰਿਪਸ ਆਣ ਗਿਆ ਦੁਪੱਟਾ ਆਏਗਾ ਨਾਲ ਇਹਦੇ ਵੀ ਕੰਟਰਾਸਟ ਦੁਪੱਟਾ ਬਹੁਤ ਪਿਆਰਾ ਜਿਸ ਕਲਰ ਦੀ ਨੀਚੇ ਪੇਸਟਿੰਗ ਪਾਈਪਿੰਗ ਹੈ ਉਸੇ ਕਲਰ ਦੀ ਨਾਲੇ ਦੇ ਦੁਪੱਟਾ ਤਿਆਰ ਕਰਾਇਆ ਪੂਰੀ ਐਮਬਰਾਇਡਰੀ ਦੁਪੱਟੇ ਤੇ ਹੱਸਾ ਦੇਖੋ 4 ਸਾਈਡ ਤੇ ਐਮਬਰਾਇਡਰੀ ਹੈ ਜੀ ਸਾਰੀ ਇਹਦੀ ਮੋਸਤੀ ਕੀ ਹੁੰਦਾ ਨਾ ਕਿ ਪੈਚਿੰਗ ਹੁੰਦੀ ਹੈ ਇਹ ਦੇਖੋ ਪੂਰੀ ਨਾਲ ਸਟਾਰ ਬੂਟੀ ਹੈ 4 ਸਾਈਡ ਐਮਬਰਾਇਡਰੀ ਲੈਦਰ ਦੀ ਚਰੌਂਚ ਫੋਨ ਦੀ ਚੁੰਨੀ ਹੈ ਡੂਪੀਏ ਇਹ ਵੀ ਸੈਮੀ ਸਟਿਚ ਆਈਟਮ ਹੈ ਜੀ ਸ਼ਰਟ ਤੁਸੀਂ ਆਪਣੀ ਮਰਜ਼ੀ ਨਾਲ ਸਟਿਚ ਕਰਾਣੀ ਹੈ ਲੋਰ ਆਲਮੋਸਟ ਤਿਆਰ ਹੁੰਦਾ ਵਾ ਆਈਟਮ ਨੰਬਰ 2 ਹੈ ਜੀ ਪ੍ਰਾਈਸ ਪੈਗਾ 8100 ਸਤਿਕਾਰ ਜੀ ਸ਼ਰਮਾ ਜੀ ਸਤਿਕਾਰ ਜੀ ਸਾਈਜ਼ ਦੀ ਦੀਏ 38 ਤੋਂ ਲੈ ਕੇ 42 44 ਤੱਕ ਜਿਹੜੇ ਸੈਮੀ ਸਟਿਚ ਹੈ 46 ਵੀ ਬਣ ਜਾਂਦੇ ਨੇ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ 'ਚ ਲਓ ਜੀ ਇਹ ਕਹੇ ਕਨਸੈਪਟ ਆ ਬਹੁਤ ਤੇਰਾ ਬੰਦੇਸ਼ ਦੀ ਆਈਟਮ ਆ ਜੀ ਨੀਚੇ ਸਾਰਾ ਬੰਦੇਸ਼ ਪ੍ਰਿੰਟਿੰਗ ਹੈ ਇਹ ਪਿਓਰ ਜਨੂਨ ਚਫੋਨਾ ਯਾ ਲੈ ਉਰੇ ਉੱਤੇ ਸਾਰੀ ਸੀਕੁਐਂਸ ਦੀ ਬ੍ਰਾਇਡਰੀ ਹੈ ਨੀਚੇ ਪੂਰਾ ਹੈਵੀ ਬਾਰਡਰ ਆਏਗਾ ਰੀਅਲ ਪੇਟਾ ਦਾ ਕੰਮ ਹੈ ਸਾਰਾ ਇਹ ਲੈ ਰੀਅਲ ਪੇਟਾ ਵਾਲਾ ਆਏਗਾ ਨੀਚੇ ਸਾਰਾ ਸ਼ੀਟ ਦਾ ਕੰਮ ਆਏਗਾ ਨੀਚੇ ਸਮੋਸਾ ਲੇਸ ਆਏਗੀ ਹੈ ਪੂਰਾ ਫਲੇਅਰ ਆਏਗਾ ਘਰਾਰੇ ਉੱਤੇ ਇਸ ਤਰ੍ਹਾਂ ਸ਼ਰਟ ਦੇ ਨੀਚੇ ਟੋਟਲ ਸਾਰਾ ਲੈਦਰ ਤੇ ਨਾਲ ਸ਼ੀਟ ਦਾ ਕੰਮ ਆਏਗਾ ਬਹੁਤ ਐਕਸਕਲੂਸਿਵ ਹੈ ਪਿਓਰ ਜੈਨੂਨ ਲੈਦਰ ਹੁੰਦਾ ਨਹੀਂ ਲੱਗਿਆ ਸ਼ਰਟ ਦਾ ਘੇਰਾ ਕੋਰਲ ਛੇੜਾ ਜੀ ਲੈ ਸ਼ਰਟ ਆਏਗੀ ਇਹ ਵਿੱਚ ਨੌਂਫੋਨ ਦੀ ਹੈ ਲੋਰ ਵਿੱਚ ਨੌਂਫੋਨ ਦਾ ਫਿਰ neck ਉੱਤੇ ਐਕਸਟਰਾ ਐਮਬਰਾਇਡਰੀ ਸਾਰੀ ਇਹਦੇ ਵਿੱਚ ਫੁੱਲ ਬਾਜ਼ੂ ਆਹ ਲੋਕਾਇਕੀ ਪੂਰੇ ਆਰਟੀਕਲ ਦੀ ਦੁਪੱਟਾ ਆਏਗਾ ਨਾਲ ਇਹਦੇ ਪਿਓਰ ਘੜਚੋਲਾ ਸਿਲਿੰਡਰ ਦੁਪੱਟਾ ਆਏਗਾ ਇਸ ਤਰ੍ਹਾਂ 4 ਸਾਈਡ ਦੁਪੱਟੇ ਦੇ ਵਿੱਚ ਲੈਦਰ ਦੀ ਐਮਬਰਾਇਡਰੀ ਸਾਰੀ ਇਸ ਤਰ੍ਹਾਂ ਹੀ ਇਹਦੇ ਵਿੱਚ ਨਾਲ ਇਹਦੇ ਪ੍ਰਿੰਟਿੰਗ ਆਏਗੀ ਇਹ ਟੋਟਲੀ ਡਿਫਰੈਂਟ ਕਨਸੈਪਟ ਆ ਸਾਰੇ ਜਿਹਰੇ ਇਹ ਦੋ ਜੀ ਪ੍ਰਾਈਸ ਕਿੰਨੇ ਲਿਆਦਾ ਅੱਜ ਦੀ ਵੀਡੀਓ ਦੀ ਆਈਟਮ ਨੰਬਰ ਏ ਤਿੰਨ ਆ ਜੀ ਪ੍ਰਾਈਸ ਪਵੇਗਾ ਇਹਦਾ 10090 ਜੀ 10090 ਟੋਟਲ ਸਾਰੀ ਲੇਟੈਸਟ ਕਲੈਕਸ਼ਨ ਹੈ ਜੀ ਸਿਮਰਨ ਜੀ ਸਤਿ ਸ੍ਰੀ ਅਕਾਲ ਜੀ ਮੀਹਾ ਜੀ ਸਤਿ ਸ੍ਰੀ ਅਕਾਲ ਜੀ ਪ੍ਰੀਤੀ ਸਤਿ ਸ੍ਰੀ ਅਕਾਲ ਜੀ ਕੁਲਵੀਰ ਜੀ ਸਤਿ ਸ੍ਰੀ ਅਕਾਲ ਗੁਰਮੀਤ ਜੀ ਸਤਿ ਸ੍ਰੀ ਅਕਾਲ ਸਾਡੇ ਬੋਗੜੇ ਜੀ ਬਟੇ ਨੇ ਕੋਲੇ ਸਾਡੇ ਸਤਿ ਸ੍ਰੀ ਅਕਾਲ ਜੀ ਦਮਨਜੀਤ ਵਰਮਾ ਬਹੁਤ ਚੜੀ ਦੇਖ ਰਹੇ ਨੇ ਲਓ ਜੀ ਕਹ ਕਨਸੈਪਟ ਆਏਗਾ ਸਾਰਾ ਇਹ ਵੀ ਕਲੀਆਂ ਦੇ ਵਿੱਚ ਸਾਰਾ ਆਏਗਾ ਇਸ ਤਰ੍ਹਾਂ ਜ਼ਾਫਾ ਇਹਦੇ ਤੇ ਮਲਟੀ ਹੈਡ ਦੀ ਐਮਬਰਾਇਡਰੀ ਹੈ ਬਿਲਕੁਲ ਬਾਰੀਕੀ ਦਾ ਕੰਮ ਹੈ ਜਿਸ ਕਲਰ ਦਾ ਫੈਬਰਿਕ ਹੈ ਉਸਰੇ ਕਲਰ ਦੀ ਵੈਰਾਈਟੀ ਨਾਲ ਗ੍ਰੇ ਕੰਟਰਾਸਟ ਹੈ ਹਲਕੇ ਹਲਕੇ ਲਾਈਟ 골ਡਨ ਸੀਕੁਐਂਸ ਆਏ ਗਿੱਤੇ ਇਹ ਜਿਦਾਂ ਕਸ਼ਮੀਰੀ ਵੈਰਾਈਟੀ ਆਉਂਦੀ ਨਾ ਬਰੀਕੀ ਦਾ ਕੰਮ ਸਾਰਾ ਉਸਤਾ ਆਏਗਾ ਯਾਰ ਅਪ ਟੂ ਨੀਸ ਤੱਕ ਪੂਰੀ ਹੈਵੀ ਵੈਰਾਈਟੀ ਆਏਗੀ ਉਸ ਤੋਂ ਉੱਪਰ ਸਿੰਗਲ ਬੂਟੀ ਵਿਦ ਕਲੀ ਆਏਗੀ ਇਸ ਤਰ੍ਹਾਂ ਜਿਹਦੇ ਇਹ ਫਰੰਟ ਐਂਡ ਬੈਕ ਪੂਰੀ ਵੈਰਾਈਟੀ ਇਸ ਤਰ੍ਹਾਂ ਇਹਦੇ ਵਿੱਚ ਸ਼ਰਟ ਦੇ نیچے ਪੂਰਾ ਹੈਵੀ ਬਾਰਡਰ ਆਏਗਾ ਸਾਰਾ ਇਸ ਤਰ੍ਹਾਂ ਇਹਦੇ ਵਿੱਚ ਉੱਪਰ ਪੂਰਾ ਰੇਸ਼ਮ ਦਾ ਕੰਮ ਆਏਗਾ ਵਿਦ ਸੀਕੁਐਂਸ ਹਲਕੇ ਜੇ ਭਟਣਾਂ ਲਗੇ ਬਾਜੂ ਦੇ ਹਾਰੇ ਭਟੇ ਹੈਵੀ ਬਾਜ਼ੂ ਆਏਗੀ ਨਾਲੇ ਤੇ ਇਸ ਤਾਂ ਤੇ ਦੁਪੱਟਾ ਬਾਜੀ ਖੁੱਲੇ ਮੜਾ ਜਰਾ ਦੁਪੱਟਾ ਕੰਟਰਾਸਟ ਗ੍ਰੇ ਕਲਰ ਦਾ ਆਏ ਮੇਰੇ ਖਿਆਲ ਜਿੰਨੇ ਪੀਸ ਆਏ ਸਾਰੇ ਕੰਟਰਾਸਟ ਦੁਪੱਟੇ ਆ ਲੈ ਆਏ ਹਨਾ ਠੀਕ ਗੱਲ ਤਰੀ ਵਧੀਆ ਗੱਲ ਦੁਪੱਟਾ ਕੰਟਰਾਸਟ ਆਏਗਾ ਇਸ ਤਾਂ ਜੀ ਗ੍ਰੇ ਕਲਰ ਦੀ ਐਮਬਰਾਇਡਰੀ ਉੱਤੇ ਗ੍ਰੇ ਕਲਰ ਦਾ ਦੁਪੱਟਾ ਪੂਰੀ ਚਾਰੇ ਪਾਸੇ ਬਾਰਡਰ ਦੇ ਵਿੱਚ ਬੂਟੀ ਆਏਗੀ ਇਹ ਚਰਨਚਪੋਂ ਦਾ ਫੈਬਰਿਕ ਆ ਟੋਟਲ ਸਾਰਾ ਫੈਬਰਿਕ ਚਰਨਚਪੋਂ ਦਾ ਇਹ ਵੀ ਸ਼ਰਟ ਉਸ ਤਾਂ ਹੀ ਆਲਮੋਸਟ ਸੈਮੀ ਸਟਿਚ ਹੈ ਜੀ ਲਈ ਤੇ ਲੋਅਰ ਪੂਲੀ ਸਟਿਚ ਹੈ ਦੇ ਹੋਜੀ ਪ੍ਰਾਈਸ ਕੀ ਭਾਜੀ ਨਿਕਲਿਆ ਦਾ ਆਈਟਮ ਨੰਬਰ ਇਹ 4 ਆ ਜੀ ਪ੍ਰਾਈਸ ਪਏਗਾ 10850 ਰੁਪਏ ਜੀ 10850 ਲੋਜੀ ਨੈਕ ਚਲੋ ਜੀ ਲੋਜੀ ਕਿਆ ਵੀ ਚੀਜ਼ ਆਏਗੀ ਵੀ ਜ਼ਾਫਾ ਆਏਗਾ ਆਪਣਾ ਰੇਪ ਕਟਿੰਗ ਦੇ ਵਿੱਚ ਆ ਸਾਰਾ ਜੀ ਇਹਦਾ ਇਹਦੇ ਤੇ ਟੋਟਲ ਸਾਰਾ ਹੈਵੀ ਕੰਮ ਆ ਦੇਖੋ نیچے ਪੂਰਾ ਹੈਵੀ ਨਾ ਪਹੁੰਚੇ ਤੇ ਪੂਰਾ ਹੈਵੀ ਬਾਰਡਰ ਆਏਗਾ ਜਿੱਦਾਂ ਆਪਾਂ ਚੱਲਾਂਗੇ ਨਾ ਤੇ ਆਪਾਂ ਨੂੰ ਲਹਿੰਗੇ ਦੀ ਲੁੱਕ ਆਏਗੀ ਜਿੱਦਾਂ ਕਿ ਫਲੇਅਰ ਬਣਿਆ ਹੁੰਦਾ ਹੈ ਇਹਦਾ ਸਾਰੀ ਨੀਚੇ ਫਰ ਦੀ ਲੇਸ ਹੁੰਦੀ ਹੈ ਫਿਰ ਸ਼ਰਟ ਆਏਗੀ ਪੂਰੀ ਐਮਬਰਾਇਡਰੀ ਵਾਲੀ ਇਸਤਨ ਵਾਲੇ ਦੀ ਨਾਲ ਪੂਰਾ ਰੇਸ਼ਮ ਦਾ ਕੰਮ ਆਏਗਾ ਇਸ ਤੰਗੇ ਦੇ ਚ ਉੱਪਰ ਨੈਕ ਆਏਗਾ ਹੈਵੀ ਇਹਦੇ ਸਾਰਾ ਜੀ ਆ ਲੋ ਕਾਇਗੀ ਪੂਰੇ ਆਰਟੀਕਲ ਦੀ ਦੇਖੋ ਲਾਈਲੈਕ ਮੋਵ ਕਲਰ ਹੈ ਦੁਪੱਟਾ ਸੇਮ ਕਲਰ ਹੈ ਜੀ ਨਾਲੇ ਦੇ ਪਹਿਲਾਂ ਸਾਰੇ ਕੰਟਰਾਸਟ ਸੀਗੇ ਪੀਸ ਖਾਇਦੀ ਹੁਣ ਸਾਰਾ ਦੁਪੱਟਾ ਸੇਮ ਆ ਗਿਆ ਨਾਲ ਬੋਕਲੇ ਜਿਹੜਾ ਕੰਟਰਾਸਟ ਆ ਗਿਆ ਲੋ ਜੀ ਇਹ ਦੇਖੋ ਫੋਰਸਾਈਡ ਦੁਪੱਟਾ ਵਾ ਲੈਦਰ ਦਾ ਕੰਮ ਹੈ ਰੇਸ਼ਮ ਦਾ ਕੰਮ ਹੈ ਪਾਲ ਦੀ ਸੈਟਿੰਗ ਹੈ ਇਹ ਟੋਟਲ ਫੈਬਰਿਕ ਇਹ ਪਿਓਰ ਚਨੌਂਚ ਫੋਨ ਹੈ ਜੀ ਸੂਟਾਂ ਵਾਲੀ ਜਿਹੜੀ ਕੁਆਲਿਟੀ ਹੁੰਦੀ ਆ ਇੱਕਤਾ ਜੀ ਸਤਿ ਸ੍ਰੀ ਅਕਾਲ ਜੀ ਕਮਲ ਜੀ ਸਤਿ ਸ੍ਰੀ ਅਕਾਲ ਜੀ ਅਮਰਤ ਜੀ ਸਤਿ ਸ੍ਰੀ ਅਕਾਲ ਜੀ ਐਮ ਜੀ ਐਮ ਜੀ ਸਾਹਿਬ ਪ੍ਰਾਈਸ ਜੋ ਭਾਜੀ ਕੀ ਹੈ ਆਈਟਮ ਨੰਬਰ ਆਈ ਦੀ 5 ਹੈ ਜੀ ਪ੍ਰਾਈਸ ਪਵੇਗਾ 8550 ਰੁਪਏ ਜੀ ਦਾ ਸਿਰਫ ਲੈਲਕ ਮੂਬ ਕਦਰ ਅਨਸਟਿਚ ਮੈਨ ਸੈਮੀ ਸਟਿਚ ਕਨਸੈਪਟ ਹੈ। ਨੈਕ ਚਲੋ ਜੀ। ਜਿਹੜਾ ਅਗਲਾ ਆਰਟੀਕਲ ਆਏਗਾ ਇਹ ਵੀ ਕੰਟਰਾਸਟ ਦੇ ਵਿੱਚ ਆਈਟਮ ਆਈਏ ਇਹ। ਇਹ ਲੋਰ ਤੇ ਦੁਪੱਟਾ ਸੇਮ ਕਲਰ ਦੇ ਵਿੱਚ ਆਏਗਾ ਸ਼ਰਟ ਆਏਗੀ ਕੰਟਰਾਸਟ ਦੇ ਵਿੱਚ। ਚੀਕੂ ਕਲਰ ਦੇ ਵਿੱਚ ਆਈਟਮ ਆਏਗੀ ਜੀ ਚੀਕੂ 골ਡ ਕਲਰ ਜਿਹੜਾ ਹੁੰਦਾ ਨਾ ਇਹਦਾ। ਇਹਦੇ ਤੇ ਪੂਰੀ ਗ੍ਰੀਨ ਕਲਰ ਦੀ ਐਮਬਰਾਇਡਰੀ ਹਸਤਾ। ਤੇ ਬੂਟੀ ਬਣੀ ਸਾਰੀ ਰੇਸ਼ਮ ਦੀ ਨਾਲ-ਨਾਲ। ਉਹਦੇ ਤੇ ਜ਼ੀਰੋ ਨੰਬਰ ਦੀ ਸ ਬਿਲਕੁਲ ਸਿੱਪੀ ਛੱਡੀ ਹੋਈ ਉੱਪਰ ਤਾਂ ਕਿ ਲੁੱਕ ਬੜੀ ਅੱਛੀ ਨਿਕਲੇ ਉਹਦੀ। ਇਹ ਕਿ ਪਿਓਰ ਸਰਬੋਸਕੀ ਦਾ ਬਾਰਡਰ ਆਈ ਹੈ ਲਾ ਉੱਪਰ ਥਾਈ ਦੇ ਉੱਪਰ ਵੀ ਸੇਮ ਜੁਆਇਟ ਆਏਗਾ ਸਰਕੋਸਕੀ ਦੇ ਵਿੱਚ ਸ਼ਰਟ ਖੋਲੋ ਭਾਜੀ ਇਹਦਾ ਇਹ ਨਾਲ ਸ਼ਰਟ ਆਏਗੀ ਪਿਓਰ ਜ਼ਰੀ ਦਾ ਕੰਮ ਹੈ ਸਾਰਾ ਇਹ ਲਾ ਪਿਓਰ ਰੀਅਲ ਜ਼ਰੀ ਹੈ ਦੀ ਬੰਗਲੌਰ ਦੀ ਕੁਆਲਿਟੀ ਹੁੰਦੀ ਨਾ ਬੋਸਤੀ ਆਪਾਂ ਬਨਾਰਸੀ ਵੇਚਦੇ ਆ ਲੇਕਿਨ ਇਹ ਸਾਰਾ ਫਾਈਨ ਕੁਆਲਿਟੀ ਹੈ ਨੀਚੇ ਪਹਿਲਾਂ ਜ਼ਰੀ ਹੈ ਉਹਦੇ ਵਿੱਚ ਫਿਰ ਬੂਟਾ ਦਿੱਤਾ ਜ਼ਰੀ ਦਾ ਫਿਰ ਉਹਦੇ ਉੱਪਰ ਪ੍ਰਿੰਟਿੰਗ ਹੈ ਫਿਰ ਉਹਦੇ ਉੱਪਰ ਐਮਬਰਾਇਡਰੀ ਹੈ ਮਤਲਬ ਇੱਕ ਇੱਕ ਚੀਜ਼ ਦੇ ਵਿੱਚ ਚਾਰ ਚਾਰ ਕਨਸੈਪਟ ਨੇ ਬਣੇ ਹੋਏ ਉਰੀ ਫਿਰ ਉਹਦੇ ਉੱਪਰ ਐਕਸਟਰਾ ਹੈਂਡ ਬ੍ਰਾਇਡਰੀ ਕੀਤੀ ਸਾਰੀ neck ਉੱਤੇ ਇਹਦੇ ਵਿੱਚ ਨੋਟ ਦਾ ਕੰਮ ਹੈ ਪਿਓਰ ਦਰਦੋਜ਼ ਦਾ ਕੰਮ ਹੈ ओरिजिनल ਪਿਓਰ ਜ਼ਰਕਨ ਲੱਗੇ ਨੇ ਤੇ ਨਾਲ ਨਾਲ ਲਾਈਟ ਕਲਰ ਦਾ ਕੜਦਾਨਾ ਲੱਗਿਆ ਲਾਈਟ 골ਡ ਕਲਰ ਦਾ ਆ ਲੋ ਕਾਈ ਕੇ ਪੂਰੇ ਆਰਟੀਕਲ ਦੀ ਦੁਪੱਟਾ ਸੇਮ ਕਲਰ ਦਾ ਜਿਸ ਕਲਰ ਦਾ ਲੋਅਰ ਹੈ ਚੀਕੂ ਪੱਦਰ ਦਾ ਉਸੇ ਕਲਰ ਦਾ ਨਾਲ ਸੇਮ ਦੁਪੱਟਾ ਇਹਦੇ ਨਾਲ ਜੀ 4 ਸਾਈਡ ਦੁਪੱਟਾ ਵਾ ਵਿੱਚ ਪੂਰੀਆਂ ਲਾਈਨਾਂ ਨੇ ਚਾਰੇ ਪਾਸੇ ਗ੍ਰੀਨ ਕਲਰ ਦੀ ਪੇਸਟਿੰਗ ਹੈ ਦੇ ਹੋ ਦੀ ਪ੍ਰਾਈਸ ਕੀ ਨਿਕਲਿਆ ਦਾ ਅੱਜ ਦੀ ਵੀਡੀਓ ਦੀ ਆਈਟਮ ਨੰਬਰ ਇਹ 6 ਹੈ ਜੀ ਪ੍ਰਾਈਸ ਪਏਗਾ 7490 7490 ਰੁਪਏ ਜੀ ਨੈਕਸਟ ਲੋ ਜੀ ਅਜੂ ਪਿੰਕ ਨਾਲ ਨਾਲ ਲਿੰਗਾ ਭੇਜਣਾ ਯਾਦ ਰੱਖੀਂ ਪਿੰਕ ਨਾਲ ਸੀ ਲੋਜੀਕ ਹੈ ਬੰਦੀਸ਼ ਦੇ ਵਿੱਚ ਹੀ ਸੈਕੰਡ ਕਨਸੈਪਟ ਆਇਆ ਇਹਦਾ ਇਹਦੇ ਵਿੱਚ ਸਿਰਫ ਬੰਦੀਸ਼ ਦਾ ਬਾਰਡਰ ਯੂਜ਼ ਕੀਤਾ 셔ਟ ਦੇ ਨੀਚੇ ਉਹਦੇ ਉੱਪਰ ਸਿਕਵੈਂਸ ਦੀ ਐਮਬਰਾਇਡਰੀ ਹੈ ਤੇ ਨਾਲ ਸੇਮ ਕਲਰ ਮੈਚਿੰਗ ਦੇ ਵਿੱਚ ਪੈਨਲ ਦਿੱਤਾ ਹੈ ਗ੍ਰੇ ਦੇ ਉੱਤੇ ਬਲੈਕ ਹੈ ਸਾਰੀ ਐਮਬਰਾਇਡਰੀ ਹੈ ਨਾਲ-ਨਾਲ ਪਿਆਲੇ ਬਣਨੇ ਨੇ ਸਿਕਵੈਂਸ ਤੇ ਰੇਸ਼ਮ ਦੇ ਉਹਦੇ ਜ਼ਿਗ-ਜ਼ੈਗ ਐਮਬਰਾਇਡਰੀ ਹੈ ਨੈਕ ਤੇ ਬਟਨ ਨੇ ਫੁੱਲ ਬਾਜ਼ੂ ਇਸ ਤਰ੍ਹਾਂ ਇਹਦੇ ਨਾਲ ਪਲੇਨ ਲੋਰ ਆਏਗਾ ਜੀ ਸਟਿਚਿੰਗ ਤੁਸੀਂ ਆਪਣੀ ਮਰਜ਼ੀ ਨਾਲ ਕਰਾਉਣੀ ਹੈ ਦੁਪੱਟਾ ਆਏਗਾ ਪਿਓਰ ਬੰਦੇਸ ਦਾ ਦੁਪੱਟਾ ਉਹਦੇ ਪੱਲੇ ਹੈਵੀ ਨੇ ਜੀ ਪ੍ਰਿੰਟਿੰਗ ਦੇ ਵਿੱਚ ਤੇ ਸੈਂਟਰ ਦੇ ਵਿੱਚ ਸਾਰਾ ਗ੍ਰੇ ਕਲਰ ਆਏਗਾ ਗ੍ਰੇ ਐਂਡ ਬਲੈਕ ਦੇ ਵਿੱਚ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਇਹ ਸੈਮੀ ਸਟਿਚ ਕਨਸੈਪਟ ਹੈ ਲੈ ਕੇ ਲੋਰ ਵੀ ਨਾਲ ਦੇ ਪਲੇਨ ਆਏਗਾ ਇਸ ਸਿਲਕ ਦੇ ਵਿੱਚ ਦੇਖੋ ਜੀ ਪ੍ਰਾਈਸ ਕੀ ਆ ਆਈਟਮ ਨੰਬਰ 7 ਪ੍ਰਾਈਸ ਪੈਗਾ 4950 ਨੈਕਸਟ ਲੋ ਜੀ ਨੈਕਸਟ ਜਿਹੜਾ ਆਈਟਮ ਆਈ ਹੈ ਮੈਰੂਨ ਨਾਲ ਮੋਵ ਬਿਲਕੁਲ ਡਿਫਰੈਂਟ ਕੰਟਰਾਸਟ ਹੈ ਜੀ ਇਹਦਾ ਇਹ ਕੋਈ ਚੀਜ਼ਾਂ ਰਹੇ ਉਹ ਰੋਜ਼ ਹੀ ਨਵੀਆਂ ਆਉਂਦੀਆਂ ਨੇ ਜੀ ਕੁਛ ਨਾ ਕੋਈ ਚੇਂਜਿੰਗ ਰੋਜ਼ ਕਰਦੇ ਆ ਤਾਂ ਹੀ ਚੀਜ਼ਾਂ ਸੇਲ ਹੁੰਦੀਆਂ ਨੇ ਜੀ ਜੇ ਆਪਾਂ ਇੱਕੋ ਹੀ ਚੀਜ਼ ਬਾਰ-ਬਾਰ ਦਿਖਾਈ ਚੱਲਾਂਗੇ ਫਿਰ ਕਸਟਮਰ ਹੀ ਬੋਰ ਹੋ ਜਾਂਦਾ ਉਹਦੇ ਨਾਲ ਸਾਡੇ ਕੋਲ ਡੇਲੀ ਅਸੀਂ ਤਕਰੀਬਨ 20-25 ਪਾਰਸਲ ਖੋਲੇ ਹੁੰਦੇ ਔਰ ਇਹ ਚੋਂ ਤਕਰੀਬਨ 70-80 ਪੀਸ ਵੀਡੀਓ 'ਚ ਪਾਉਂਦੇ ਆ ਤਿੰਨ-ਚਾਰ ਵੀਡੀਓ ਦੇ ਵਿੱਚ 20-20 25-25 ਪੀਸ ਲੋ ਜੀ ਇਹ ਬਲੈਕਿਸ਼ ਮਹਿਰੂਨ ਕਲਰ ਦੇ ਵਿੱਚ ਆਈ ਹੈ ਇਹ ਸਕਰਟ ਆਏਗੀ ਜੀ ਸਕਰਟ ਦੇ ਉੱਤੇ ਪੂਰੀ ਐਮਬਰਾਇਡਰੀ ਹੈ ਜਿਹਦਾ ਆਪਾਂ ਨੂੰ ਲੁੱਕ ਆਏਗੀ ਜਿਵੇਂ ਕਲੀਆਂ ਲ ਉਹਦੇ ਤੇ ਪੇਸ ਦੀ ਹੈ ਤਿੱਲੇ ਦੇ ਨਾਲ ਸੀਕਵੈਂਸ ਦਾ ਕੰਮ ਹੈ ਸਾਰਾ ਇਸ ਤਾਂ ਇਹ ਆਏਗੀ ਸਾਰੀ ਸਕਰਟ نیچے ਪੂਰੀ ਫਰੰਟ ਐਂਡ ਬੈਕ ਦੇ ਵਿੱਚ ਇਹਦੇ નીચે ਕਿਨ ਕਿਨ ਲਈ ਲੱਗੀ ਹੁੰਦੀ ਜੇ ਅਗਰ ਤੁਸੀਂ ਕਿਨ ਕਿਨ ਕਹੋਗੇ ਉਲਵਾਵਾਂਗੇ ਲੇਕਿਨ ਉਹਦਾ ਖਰਚਾ ਐਕਸਟਰਾ ਹੋਏਗਾ ਨਾਲੇ ਦੇ ਸ਼ਰਟ ਆਏਗੀ ਇਸ ਤਾਂ ਸੈਮੀ ਸਟਿਚ ਦੇ ਵਿੱਚ ਮਰੇ ਤੇ ਪੂਰੀ ਐਮਬਰਾਇਡਰੀ ਹੈ نیچے ਪਰ ਦੀ ਲੇਸ ਆਏਗੀ ਉੱਪਰ ਕਲੀਆਂ ਲੁੱਕ ਦੇ ਵਿੱਚ ਪੂਰੀ ਐਮਬਰਾਇਡਰੀ ਆਏਗੀ ਨਾਲ ਇਹਦੇ ਤੇ ਨਾਲ ਇਸ ਤਾਂ ਸ਼ਰਟ ਦੇ ਉੱਪਰ ਨੈਕ ਬਣੇਗਾ ਸਾਰਾ ਹੈਂਡਵਰਕ ਦੇ ਵਿੱਚ ਪਨਾ ਫੁੱਲ ਬਾਜ਼ੂ ਦੁਪੱਟਾ ਫੋਰ ਸਾਈਡ ਮੂਵ ਕਲਰ ਦਾ ਦੁਪੱਟਾ ਵਾ ਚਾਰੇ ਪਾਸੇ ਬਾਰਡਰ ਹੈ ਨਾਲ-ਨਾਲ ਦੇ ਵਿੱਚ ਸਕੈਲਪਿੰਗ ਆਏਗੀ ਤੇ ਸਟਾਰ ਬੂਟੀ ਆਏਗੀ ਮੈਰੂਨ ਨੂੰ ਟੂ ਮੂਵ ਕੰਟਰਾਸਟ ਹੈ ਜੀ ਇਹਦਾ ਦਿਓ ਜੀ ਪ੍ਰਾਈਸ ਕੀ ਨਿਕਲਿਆ ਬੇਲੇ ਦਾ ਅੱਜ ਦੀ ਵੀਡੀਓ ਦੀ ਆਈਟਮ ਨੰਬਰ ਨਿਰਿੰਦਰ ਕੌਰ ਜੀ ਸਤਿ ਸ਼ਕਾਲ ਜੀ ਮਨੀ ਜੀ ਸਤਿ ਸ਼ਕਾਲ ਜੀ ਸੂਮਨ ਜੀ ਸਤਿ ਸ਼ਕਾਲ ਆਈਟਮ ਨੰਬਰ 8 ਜੀ ਪ੍ਰਾਈਸ ਪਏਗਾ 7500 ਰੁਪਏ ਜੀ ਸਿਰਫ ਹੈਲੋ ਮੈਂ ਚਲੋ ਜੀ ਹੈਲੋ ਨੋ ਜੀ ਕਹੇ ਵੀ ਚੀਜ਼ ਬਹੁਤ ਪਿਆਰੀ ਆ ਪਿਓਰ ਬਨਾਰਸੀ ਉੱਤੇ ਜੀ ਇਹ ਇਹ オリジナル ਬਨਾਰਸ ਦਾ ਪੀਸ ਹੈ ਬਣਿਆ ਇਹਦਾ ਪੂਰੀ ਸਕਰਟ ਆਈ ਗਈ ਇਹ ਸਕਰਟ ਦੇ ਨੀਚੇ ਨਾ ਪੂਰਾ ਵੀਵਿੰਗ ਦੇ ਵਿੱਚ ਬਾਰਡਰ ਹੈ ਸਾਰਾ ਇਹਦਾ ਸਾਰਾ ਵੀਵਿੰਗ ਦੇ ਵਿੱਚ ਨੀਚੇ ਬਾਰਡਰ ਹੈ ਤਿੰਨ ਬਾਰਡਰ ਨੇ ਸਾਰੇ ਨੀਚੇ ਦਿੱਤੇ ਹੋਏ ਬਾਰਡਰ ਦੇ ਵਿੱਚ 골ਡਨ ਕਲਰ ਹੈ ਤੇ ਮੀਨਾ ਕਾਰੀ ਹੈ orange green ਤੇ red ਕਲਰ ਦੀ ਫਿਰ ਉਹਦੇ ਉੱਪਰ ਗੋਟੇ ਦੀ ਲਾਈਨਾਂ ਨੇ ਫਿਰ ਥਾਈ ਦੇ ਉੱਪਰ ਫਿਰ ਜੋਇੰਟ ਦਿੱਤਾ ਸਾਰਾ ਇਸ ਤਾਈ ਮੀਨਾਕਾਰੀ ਦੇ ਵਿੱਚ ਤੇ ਨਾਲ ਇਹਦੀ ਸ਼ਰਟ ਆਏਗੀ ਸਾਰੀ ਇਸ ਤਰ੍ਹਾਂ ਪੂਰਾ نیچے ਬਾਰਡਰ ਮੀਨਾਕਾਰੀ ਦਾ ਪੂਰੀ ਬਨਾਰਸੀ ਸ਼ਰਟ ਸਿੰਗਲ 골ਡ ਕਲਰ ਦੇ ਵਿੱਚ ਇਸ ਤਰ੍ਹਾਂ ਜੀ 골ਡ ਵੀਵਿੰਗ ਦੇ ਵਿੱਚ ਬੈਕ ਪਲੇਨ ਆਏਗੀ neck ਤੇ ਸਿਰਫ only ਫੈਂਸੀ ਬਟਨ ਆਣਗੇ ਦੇ ਵਿੱਚ ਕੁੰਦਨ ਦੇ ਤੇ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਫੁੱਲ ਬਾਜ਼ੂ ਨੇ ਦੁਪੱਟਾ ਦਾ ਆਏਗਾ ਫੋਰ ਸਾਈਡ ਦੁਪੱਟੇ ਦੇ ਵਿੱਚ ਪੂਰੀ ਮੀਨਾਕਾਰੀ ਵੀਵਿੰਗ ਹੈ ਜੀ ਦੇ ਵਿੱਚ ਪੂਰਾ ਇਸ ਤਰ੍ਹਾਂ ਸਿੰਗਲ ਸਿੰਗਲ ਡਿਮਾਉਂਟਿੰਗ ਦੀ ਲਾਈਨਾਂ ਦਿੱਤੀਆਂ ਨੇ ਇੱਥੇ ਡਿਊ ਡਰਾਪਸ ਦੀਆਂ ਲੋ ਜੀ ਸਤਿ ਸ੍ਰੀ ਅਕਾਲ ਜੀ ਬੋਪਾ ਰਾਏ ਜੀ ਸਤਿ ਸ੍ਰੀ ਅਕਾਲ 소ਮਾ ਜੀ ਸਤਿ ਸ੍ਰੀ ਅਕਾਲ ਆਸ਼ੋਜੀ ਸਤਿ ਸ੍ਰੀ ਅਕਾਲ ਆਈਟਮ ਨੰਬਰ 9 ਹੈ ਜੀ ਇਹ ਲਾਈਲਕ ਮੂਵ ਕਲਰ ਹੈ ਬਨਾਰਸੀ ਸ਼ਰਟ ਹੈ ਉਹ ਬੰਦਾ نیچے ਲੋਰ ਆਏਗਾ ਦੁਪट्टे ਤੇ ਫੋਰ ਸ਼ੈੱਡ ਬਾਰਡਰ ਹੈ ਨਾਲ ਡਿਮਾਉਂਟਿੰਗ ਹੈ 9 ਨੰਬਰ ਆਈਟਮ ਹੈ ਪ੍ਰਾਈਸ ਪਵੇਗਾ ਦਾ 5550 ਰੁਪਏ ਜੀ ਨੈਕਸਟ ਚਲੋ ਜੀ ਲੋ ਜਿਹੜਾ ਨੈਕਸਟ ਆਰਟੀਕਲ ਆਏਗਾ ਉਹ ਰੈਡੀमेड ਦੇ ਵਿੱਚ ਆਈਟਮ ਆਈਗਾ ਸਿੰਗਲ ਪੀਸ ਆਇਆ ਮੇਰੇ ਖਿਆਲੇ ਕਟੋਕਟ ਵੀ ਡੇਢ ਦੋ ਮਹੀਨੇ ਬਾਅਦ ਆਈਟਮ ਆਈਗਾ ਇਹ ਪਲੇਨ ਕਲੀਆਂ ਵਾਲਾ ਸਾਰਾ ਨਾ ਇਸ ਤਾ ਪਲਾਜ਼ੋ ਆਏਗਾ ਸਾਰਾ ਇਸ ਤਰ੍ਹਾਂ ਹੀ ਪਲੇਨ ਚਰਨਛਪੁੰਦਾ ਇਹ ਪ੍ਰੋਪਰ ਕੋਰਲ ਰੈਡ ਕਲਰ ਹੈ ਇਹ ਬ੍ਰਾਈਟ ਦੇ ਵਿੱਚ ਕਲਕੱਤਾ ਦੀ ਆਈਟਮ ਹੈ ਸ਼ਰਟ ਆਈਗੀ ਇਹਦੇ ਵਿੱਚ ਸਟ੍ਰੇਟ ਸ਼ਰਟ ਹੈ ਇਸ ਤਰ੍ਹਾਂ ਹੀ ਇਹਦੇ ਵਿੱਚ ਉਹਦੇ ਤੇ ਪਿਓਰ ਐਂਟੀਕ ਦੀ ਸਾਰੀ ਐਮਬਰਾਇਡਰੀ ਹੈ ਐਂਟੀਕ ਤੇ 골ਡ ਕਢਦਾਣਾ ਲੱਗਿਆ ਆ ਨਾਲ ਨਾਲ ਧਬਕੇ ਦਾ ਕੰਮ ਹੈ ਇਸ ਤਰ੍ਹਾਂ ਡਾਇਗਨਲ ਦੇ ਵਿੱਚ ਸਾਰੀ ਐਮਬਰਾਇਡਰੀ ਆਏਗੀ ਉੱਪਰ ਤੱਕ ਪਲੇਸਿੰਗ ਪੈਨਲ ਜਿਹਨੂੰ ਬੋਲਦੇ ਆਪਾਂ ਨਾ ਪੂਰੀ ਸ਼ਰਟ ਦੇ ਉੱਪਰ ਫੁੱਲ ਸਟਿਚ ਹੈ ਫੁੱਲ ਬਾਜ਼ੂ ਦੀ ਆਪਸ਼ਨ ਹੈ ਬਾਟਮ ਤੁਸੀਂ ਦੇਖ ਰਹੀ ਸੀ ਦੁਪੱਟਾ ਸਿੰਪਲ ਆਏਗਾ ਆ ਲੁਕਾਏਗੀ ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਕੀ ਹੈ ਰੈਡੀ ਟੂ ਵੇਅਰ ਆਈਟਮ ਹੈ ਜੀ ਇਹ ਆਈਟਮ ਨੰਬਰ 10 ਹੈ ਜੀ ਪ੍ਰਾਈਸ ਪਵੇਗਾ 5035 ਰੁਪਏ ਜੀ 5035 ਰੋਮੀ ਜੀ ਸਤਿ ਸ੍ਰੀ ਅਕਾਲ ਜੀ ਸ਼ੈਲੀ ਜੀ ਸਤਿ ਸ੍ਰੀ ਅਕਾਲ ਲੋ ਜੀ ਕਿ ਸਲਵਾਰ ਦੇ ਨਾਲ ਕਨਸੈਪਟ ਆਇਆ ਪੈਪਲਮ ਦੇ ਨਾਲ ਮਤਲਬ ਸਟੇਟ ਪੈਂਟ ਕਰੋ ਜਾਂ ਮਤਲਬ ਪਲਾਜ਼ੋ ਕਰੋ ਉਸ ਤਰ੍ਹਾਂ ਦੀ ਟਾਈ ਆਏਗੀ ਇਹਦੇ ਨੀਚੇ ਸਾਰਾ ਡਿਜੀਟਲ ਪ੍ਰਿੰਟ ਆਏਗਾ ਉਹਦੇ ਉੱਪਰ ਆਉਟਿੰਗ ਆਏਗੀ ਸਾਰੀ ਕੁੰਦਨ ਦੀ ਡਿਮੋਂਟਿੰਗ ਦੀ ਤੇ ओरिजिनल ਪਿਓਰ ਜ਼ਰਕਨ ਦੀ ਨੀਚੇ ਪੈਲ ਦੀ ਲੇਸ ਆਏਗੀ ਸ਼ਰਟ ਆਏਗੀ ਪੈਪਲਮ ਦੇ ਵਿੱਚ ਵਿੱਚ ਇਸ ਤਰ੍ਹਾਂ ਇਹ ਦੇਖੋ ਸਟਮਿਕ ਤੇ ਜੋਇੰਟ ਆਂਦਾ ਉੱਪਰ ਗਲਾਸ ਸ਼ੇਪ ਦੇ ਵਿੱਚ ਨੈੱਕ ਆਏਗਾ ਵਿਦ ਆਉਟਿੰਗ नीचे जोरा फ्लेयर आएगा वो कंट्रास्ट प्रिंटिंग ਦੇ ਵਿੱਚ ਆਏਗਾ ਸਾਰਾ ਇਹਲਾ ਉਹਦੇ નીચે 트리플 ਪਰਲ ਦੀ लेस ਆਏਗੀ ਪੂਰਾ ਫਰੰਟ ਐਂਡ ਬੈਕ ਪ੍ਰਿੰਟਿੰਗ ਹੈ ਉੱਪਰ ਹਾਈਲਾਈਟਿੰਗ ਹੈ ਸਾਰੀ ਇਸ ਤਾਂ ਇਹ ਪਿਓਰ ਮਸ਼ੀਨ ਦੇ ਵਿੱਚ ਬਣਿਆ ਰੈਡੀ ਟੂ ਵੇਅਰ ਕਨਸੈਪਟਾਂ ਨਾਲ ਦੁਪੱਟਾ ਦੇ ਇਸਤਾਨ ਦਾ ਨੀਟਿੰਗ ਦੇ ਵਿੱਚ ਇਹ ਸਾਰੀ ਇੰਪੋਰਟਡ نیٹ ਹੁੰਦੀ ਬਿਲਕੁਲ ਸੌਫਟ ਕੁਆਲਿਟੀ ਹੁੰਦੀ ਹੈ ਕੋਈ ਸਟੈਂਡਿੰਗ ਕਪੜਾ ਹੀ ਕਰ ਵੈਸੇ ਲਾਈਕ ਨਹੀਂ ਕਰਦਾ ਕਾਕ ਜੀ ਸਿਮਰਨ ਜੀ ਸੁਖਬੀਰ ਜੀ ਸਤਸਕਾਲ ਜੀ ਨੀਲਮ ਜੀ ਸਤਸਕਾਲ ਦੁਪੱਟੇ ਦੇ ਫੋਰ ਸਾਈਡ ਤੇ ਪ੍ਰਿੰਟਿੰਗ ਹੈ ਵਿਦ ਪਰਲਸ ਹੈ ਪੀਚ ਕਲਰ ਦਾ ਦੁਪੱਟਾ ਨੀਟਿੰਗ ਦਾ ਇਹ ਲੁੱਕ ਆएगी ਪੂਰੇ ਆਰਟੀਕਲ ਦੀ ਦਿਓ ਜੀ ਪ੍ਰਾਈਸ ਕਿੰਨੇ ਕਿਲੇ ਭਾਜੀ 11 ਨੰਬਰ ਆਈਟਮ ਹੈ ਜੀ ਪ੍ਰਾਈਸ ਪਵੇਗਾ ਸਿਰਫ 9000 ਰੁਪਏ ਦਾ ਜੀ नेक्स्ट ਚਲੋ ਜੀ ਲੋ ਜੀ ਇਹ ਆਈਟਮ ਆਈ ਇਸ ਤਰ੍ਹਾਂ ਇਹ ਵੀ ਸਟੇਟ ਪਲਾਜ਼ੋ ਦੇ ਵਿੱਚ ਆਈਟਮ ਹੈ ਨੀਚੇ ਸਾਰੀ ਨਾ ਪਿਓਰ ਜ਼ਰਕਨ ਦੀ ਐਮਬਰਾਇਡਰੀ ਹੈ ਦੇ ਵਿੱਚ ਸਾਰਾ ਲੈਟਰਸ ਮਟੀਰੀਅਲ ਹੈ ਜ਼ਰਕਨ ਲੱਗਿਆ ਕੁੰਦਨ ਹੈ ਨਾਲ-ਨਾਲ ਪੋਲ ਮੋਤੀ ਹੈ ਨਾਲ ਹਲਕਾ ਜਿਹਾ ਕੜਦਾਨਾ ਜੁਸ ਕੀਤਾ ਉੱਪਰ ਮਤਲਬ ਸੇਮ ਕਲਰ ਦਾ ਮਟੀਰੀਅਲ ਜੁਸ ਕੀਤਾ ਹੈ 셔ਟ ਦੇ ਨੀਚੇ ਪੂਰਾ ਹੈਵੀ ਕੇ ਰਾਏਗਾ ਪੂਰੀ ਤੇ ਪੂਰੀ ਐਮਬਰਾਇਡਰੀ ਹੈ ਡਮਾਉਂਟਿੰਗ ਦਾ ਕੰਮ ਆਏਗਾ ਉਹਦੇ ਉੱਪਰ ਕੜਦਾਨਾ ਆਏਗਾ ਨਾਲ ਉਹਦੇ ਸਾਰੇ ਸਰਬੋਸਕੀ ਆਏਗੀ ਬੜਾ 셔ਟ ਪੂਰੀ ਖੋਲ ਦਵਾ ਰਿਹਾ ਇਸ ਤਰ੍ਹਾਂ 셔ਟ ਹੈ ਕਿ ਡਾਇਗਨਲ ਲਾਈਨ ਆਣਗੇ ਮਤਲਬ ਸਟ੍ਰੇਟ ਲਾਈਨ ਨਹੀਂ ਹੈਗੀ ਇਸ ਤਰ੍ਹਾਂ ਡਾਇਗਨਲ ਦੇ ਵਿੱਚ ਲਾਈਨ ਆਏਗੀ ਸਾਰੀ ਹਿੱਸਾ ਉੱਪਰ ਹਲਕਾ ਜਿਹਾ ਨੈਕ ਬਣਿਆ ਹੋਇਆ ਇਹ ਰੈਡੀ ਟੂ ਵੇਅਰ ਆ ਫੁੱਲ ਬਾਜ਼ੂ ਹੈ ਬਾਜ਼ੂ ਉੱਤੇ ਪਿਓਰ ਦਬਕੇ ਦਾ ਕੰਮ ਹੈ ਨਾਲ ਨਾਲ ਡਮਾਉਂਟਿੰਗ ਦਾ ਕੰਮ ਹੈ ਸਾਰਾ ਇਸ ਤਰ੍ਹਾਂ ਦੁਪੱਟਾ ਰੈਡੀ ਟੂ ਵੇਅਰ ਹੈ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ ਪਿਓਰ ਚਨੌਨ ਸ਼ਫੋਨ ਦੇ ਉੱਤੇ ਬਣੀ ਆਈਟਮ ਫੁੱਲੀ ਸਟਿਚ ਕਨਸੈਪਟ ਹੈ ਇਹ ਜੀ ਮੇਰੇ ਕੋਲ ਆਈਟਮ ਹੈ ਖੋਰਾ ਕੇ ਤਾਂ ਉਹ ਵੀ ਸ਼ੋਅ ਕਰਾਂਗੇ ਬਾਅਦ ਚ ਆਈਟਮ ਨੰਬਰ ਇਹ 12 ਜੀ ਪ੍ਰਾਈਸ ਪੈ ਗਿਆ ਦਾ 5970 ਨੈਕਸਟ ਲੋ ਜੀ ਲੋਜੀ ਕਿਹੜਾ ਕਨਸੈਪਟ ਆਏਗਾ ਇਹ ਵੀ ਸਟੇਟ ਪਲਾਜ਼ੋ ਦੇ ਵਿੱਚ ਆਈਟਮ ਆਏਗੀ ਕਲਰ ਬਹੁਤ ਪਿਆਰਾ ਇਹ ਵਾਲਾ ਗ੍ਰੀਨਿਸ਼ ਕਲਰ ਹੈ ਪ੍ਰੋਪਰ ਇਹ ਸ਼ਹਿਰ ਮੂਰਾ ਗ੍ਰੀਨ ਜੀ ਨੂੰ ਆਪਾਂ ਕਹਿੰਦੇ ਆ ਚਰੌਂਚ ਫੋਨ ਤੇ ਬਣਿਆ ਇਹਦੀ ਵੀ ਸ਼ਰਟ ਫੁੱਲੀ ਸਟਿਚ ਆਏਗੀ ਬਿਲਕੁਲ ਨਵੇਂ ਆਰਟੀਕਲ ਤੁਹਾਨੂੰ ਸ਼ੋਅ ਕਰ ਰਹੀ ਹਾਂ ਇਹ ਲਈ ਇਹ ਸਾਰੀ ਸੈਲਫਿੰਗ ਇੰਬਰਾਈਡਰੀ ਹੈ ਇਹ ਲਈ ਜਿਸ ਕਲਰ ਦਾ بیس ਹੈ ਉਸੇ ਕਲਰ ਦੇ ਨਾਲ ਕੜਦਾਨਾ ਤੇ ਰੇਸ਼ਮ ਜੂਰ ਕੀਤਾ ਆਇਆ ਐਚ ਜਾਏਗੀ ਵਨ ਸਾਈਡ ਉੱਤੇ ਇਸ ਤਰ੍ਹਾਂ ਚਾਕ ਲੇਬਲ ਤੋਂ ਸ਼ੁਰੂ ਹੁੰਦੀ ਇੰਬਰਾਈਡਰੀ ਉੱਪਰ neck ਸਟ੍ਰਿੰਗ ਤੱਕ ਆਏਗੀ ਵਨ ਸਾਈਡ ਤੇ ਇਸ ਤਰ੍ਹਾਂ ਚੱਲੇਗਾ ਪੂਰੀ ਹੈਵੀ ਸ਼ਰਟ ਦਾ ਫਰੰਟ ਆਏਗਾ ਤੇ ਹਲਕਾ ਹਲਕਾ ਕੜਦਾਨੇ ਦਾ ਕੰਮ ਹੈ ਇਹ ਟੋਟਲ ਸਾਰਾ ਡਿਜ਼ਾਈਨਰ ਦੇ ਵਿੱਚ ਪੀਸ ਆਈ ਹੈਲਾ ਬੜਾ ਖੜਾ ਕਰ ਫੁੱਲ ਬਾਜ਼ੂ ਆਣ ਗਿਆ ਇਸਤਾ ਰਾਉਂਡਿੰਗ ਨੈਕ ਆਏਗਾ ਸਾਈਜ਼ ਉਹ ਹੀ 38 40 42 ਤੱਕ ਇਹਦਾ ਈਜ਼ੀਲੀ ਬਣ ਜੇਗਾ ਇਹਲਾ ਆਈਟਮ ਨੰਬਰ 13 ਜੀ ਪ੍ਰਾਈਸ ਪਏਗਾ 5800 ਰੁਪਏ 5800 ਲੋ ਜਿਹੜਾ ਅਗਲਾ ਆਰਟੀਕਲ ਆਏਗਾ ਉਹ ਇਹ ਵੀ ਡਿਫਰੈਂਟ ਹੈ ਪਿਓਰ ਦੇ ਵਿੱਚ ਆਈਟਮ ਆਈ ਜੀ ਇਸਤਾ ਸਟੇਟ ਪਲਾਜ਼ੋ ਤੇ ਸਲਵਾਰਾ ਸਟੇਟ ਪਲਾਜ਼ੋ ਨਾ ਇਹ ਪੈਂਟ ਆਇਗੀ ਸਟ੍ਰੈਟ ਜਿਸ ਦਾ ਇਹ ਕਾਪਰ ਕਲਰ ਦਾ ਫੈਬਰਿਕ ਹੈ ਡੂਪੀਅਨਸ ਲੱਗਦਾ ਉਹਦੇ ਉੱਪਰ ਟੋਟਲ ਸਾਰੀ ਡੋਰੀ ਦੀ ਐਮਬਰਾਇਡਰੀ ਹੈ ਉਹਦੇ ਵਿੱਚ ਦੋ ਕਲਰ ਯੂਜ਼ ਕੀਤੇ ਨੇ ਵਿੱਚ ਇੱਕ ਮਸਟਰਡ ਯੂਜ਼ ਕੀਤਾ ਨੀਚੇ ਪੇਸਟਿੰਗ ਦੇ ਵਿੱਚ ਇੱਕ ਪ੍ਰੋਪਰ ਰਾਣੀ ਛੜੀ ਚੂਜ਼ ਕੀਤਾ ਵਿੱਚ ਉਹਦੇ ਵਿੱਚ ਸਟਾਰ ਬੂਟੀ ਦੇ ਵਿੱਚ ਇਹ ਨੀਚੇ ਪੈਂਟ ਦਾ ਨੀਚੇ ਬਾਰਡਰ ਆਏਗਾ ਸਾਰੀ ਇਸ ਦਾ ਠੀਕ ਹੈ ਜੀ ਇਹਦਾ ਸ਼ਰਧਾ ਹੋ ਪਾਈ ਉਹਨਾਂ ਨਾਲ ਇਹਦਾ ਇਸ ਤਰ੍ਹਾਂ ਆਏਗਾ ਅਨਾਰਕਲੀ ਇਹਦੇ ਵਿੱਚ ਉਪਰ ਸਾਰੀਆਂ ਕਲੀਆਂ ਸ਼ੁਰੂ ਹੁੰਦੀਆਂ ਸ਼ੋਲਡਰ ਤੋਂ ਉਦੇ ਉੱਪਰ neck ਬਨੇਗਾ ਹੈਵੀ ਕੁੜਤਾ ਪੱਟੀ ਸਟਾਈਲ ਹੈਵੀ ਬਾਰਡਰ ਆਏਗਾ ਉੱਤੇ neck ਦੇ ਉੱਤੇ ਸਾਰਾ ਇਸ ਤਾ ਤੇ نیچے ਪੂਰਾ ਫਲੇਅਰ ਦੇ ਵਿੱਚ ਬਾਰਡਰ ਆਏਗਾ ਨਾਰਕਲੀ ਦੇ ਵਿੱਚ ਇਸ ਤਾ ਉਹਦੇ ਵੀ ਸੇਮ ਮਸਟਰਡ ਤੇ ਰਾਣੀ ਕਲਰ ਦੇ ਪੈਚਿੰਗ ਦੇ ਕੇ ਪੂਰਾ ਆਰੀ ਦਾ ਕੰਮ ਹੈ ਬੈਕ ਤੇ ਸਿਰਫ ਮਸਟਰਡ ਪੈਸਟਿੰਗ ਹੁੰਦੀ ਹੈ ਇਹਦੇ ਵਿੱਚ ਵਿਦ ਆਰੀ ਦੁਪੱਟਾ ਦੇ ਨਾਲ ਦੋ ਕਲਰ ਦਾ ਕੰਟਰਾਸਟ ਮੈਜੈਂਟਾ ਤੇ ਕਾਪਰ ਦੁਪੱਟਾ ਵਾ ਚਾਰੇ ਪਾਸੇ yellow ਪੈਸਟਿੰਗ ਹੈ ਵਿਦ ਫੈਂਸੀ ਲੇਸਿਸ ਹੈ ਆ ਲੋਕ ਕਹੇ ਕਿ ਪੂਰੇ ਆਈਟਮ ਦੀ ਰੈਡੀ ਟੂ ਵੇਅਰ ਆਈਟਮ ਹੈ ਆਈਟਮ ਨੰਬਰ 14 ਜੀ ਪ੍ਰਾਈਸ ਪਏਗਾ ਇਹਦਾ ਸਿਰਫ 9000 ਆਪਾਂ ਨੂੰ ਜੀ ਨੈਕਸਟ ਲੋ ਜੀ ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਾਈਜ਼ ਦੀ ਵੀ 38 40 42 ਜਿਹੜੇ ਰੈਡੀ ਮੇਡ ਦੇ ਸਾਈਜ਼ ਨੇ ਤਕਰੀਬਨ 42 ਤੱਕ ਬਣ ਜਾਂਦੇ ਨੇ ਈਜ਼ੀਲੀ ਕੋਈ ਦਿੱਕਤ ਨਹੀਂ ਆਉਂਦੀ ਇਹਨਾਂ 'ਚ ਬਾਕੀ ਜੇ ਤੁਹਾਨੂੰ ਪਾਰਟਿਕੂਲਰ ਕੋਈ ਸਾਈਜ਼ ਵੱਡਾ ਚਾਹੀਦਾ ਤੇ ਆਰਡਰ ਤੇ ਬਣ ਵੀ ਜਾਏਗਾ ਆਪਣਾ ਮਿੰਟੀ ਜੀ ਸਤਿ ਸ਼੍ਰੀ ਅਕਾਲ ਜੀ ਪਾਟਿਆ ਸਾਹਿਬ ਲੋਜੀਕ ਹੈ ਵੀ ਇਹ ਟਮ ਬਹੁਤ ਰੀਜ਼ਨੇਬਲ ਦੇ ਵਿੱਚ ਆਈ ਹੈ ਕਲੀਆਂ ਵਾਲਾ ਸਾਰਾ نیچے ਇਜ਼ਾਫਾ ਆਏਗਾ ਤੇ ਉੱਪਰ ਟੋਟਲ ਸਾਰੀ ਨਾ ਸੀਕੁਐਂਸ ਦੀ ਐਮਬ੍ਰੋਇਡਰੀ ਆ ਇਹਦੇ ਵਿੱਚ ਜਿੰਨੀ ਵੀ ਤੁਸੀਂ ਐਮਬ੍ਰੋਇਡਰੀ ਦੇਖ ਰਹੇ ਹੋ ਸਾਰਾ ਸੀਕੁਐਂਸ ਦਾ ਕੰਮ ਹੈ ਹਲਕਾ ਜਿਹਾ ਬ੍ਰਾਊਨ ਕਲਰ ਦਾ ਰੇਸ਼ਨ ਯੂਜ਼ ਕੀਤਾ ਹੈ نیچے ਗ੍ਰੀਨ ਕਲਰ ਦੀ ਪੇਸਟਿੰਗ ਹੈ ਐਂ نیچے ਕਲੀਆਂ ਵਾਲਾ ਸਾਰਾ ਇਸ ਤਰ੍ਹਾਂ ਸ਼ਰਾਰਾ ਆਏਗਾ ਸਾਰਾ ਇਹਦਾ ਸ਼ਰਟ ਤੇ ਕੰਟਰਾਸਟ ਸ਼ਰਟ ਆਏਗੀ ਉਹਦੇ ਤੇ ਪੂਰੀ ਐਮਬ੍ਰੋਇਡਰੀ ਸੀਕੁਐਂਸ ਦੀ نیچے ਬਾਰਡਰ ਆ ਗਿਆ ਉਹਦੇ ਉੱਪਰ ਸਿੰਗਲ ਬੂਟੀ ਆਏਗੀ ਐਮਬ੍ਰੋਇਡਰੀ ਦੀ ਤੇ ਉੱਪਰ ਨੈੱਕ ਆਏਗਾ ਹੈਵੀ ਇਹਦੇ ਨਾਲ ਫੁੱਲ ਬਾਜ਼ੂ ਇਸ ਤਰ੍ਹਾਂ ਇਹ ਚ ਦੁਪੱਟਾ ਆਏਗਾ ਫੋਰ ਸਾਈਡ ਦੁਪੱਟੇ ਦੇ ਵਿੱਚ ਐਮਬਰਾਇਡਰੀ ਹੈ ਪੇਸਟਿੰਗ ਹੈ ਤੇ ਡੈਗਨਲ ਲਾਈਨਾਂ ਨੇ ਇਸ ਤਰ੍ਹਾਂ ਇਹ ਦੀ ਪ੍ਰਾਈਸ ਭਾਜੀ ਕੀ ਨਿਕਲਿਆ ਅੱਜ ਦੀ ਵੀਡੀਓ ਦੀ ਆਈਟਮ ਨੰਬਰ ਇਹ 15 ਪ੍ਰਾਈਸ ਪਏਗਾ 4730 ਰੁਪਏ ਦਾ ਜੀ 4730 ਗੁਲਸ਼ਨ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਡ ਗੁਲਸ਼ਨ ਕੁਮਾਰ ਸੰਜੀਤ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ ਮਨਜੀਤ ਕੌਰ ਜੀ ਸਤਿ ਸ੍ਰੀ ਅਕਾਲ ਸ਼ਰਮਾ ਦੇਵੀ ਜੀ ਲੋ ਜੀ ਕਹੇ ਦੇਖਣਾ ਕਨਸੈਪਟ ਜਰਾ ਜੀ ਇਹ ਵੀ ਕਲੀਆਂ ਦੇ ਵਿੱਚ এমਬਰਾਇਡਰੀ ਹੈ ਸਾਰੀ ਇਸ ਤਾਂ ਇਹ ਪੂਰੀ এমਬਰਾਇਡਰੀ ਹੈਗੀ ਸਾਰਾ ਸੀਕੁਐਂਸ ਦਾ ਕੰਮ ਹੈ ਇਹਦੇ ਵਿੱਚ ਵਿਦ ਰੀਅਲ ਥਿੱਲੇ ਦੇ ਨਾਲ ਇਸ ਤਾਂ ਲਾਈਟ 골ਡਨ ਥਿੱਲਾ ਵਾ ਨੀਚੇ ਪੂਰਾ ਦੋ ਤਰ੍ਹਾਂ ਦੇ ਬਾਰਡਰ ਨੇ ਚ ਉੱਪਰ ਸ਼ਾਰਟ ਸ਼ਾਰਟ ਹੈਗੀ ਪੈਪਲਮ ਦੇ ਵਿੱਚ ਇਸ ਤਾਂ ਇਹਦੇ ਵਿੱਚ ਇਹ ਵੀ ਕਾਫੀ ਦੇਰ ਬਾਅਦ ਆਈ ਆ ਮੈਰੂਨ ਕਲਰ ਦੇ ਵਿੱਚ ਹੈ ਬਲੈਕਿਸ਼ ਮੈਰੂਨ ਕਾਲੇ ਬੰਦੇ ਉੱਤੇ ਕਪਾ ਵਾਈਨ ਕਲਰ ਵੀ ਕਹਿ ਸਕਦੇ ਆ ਨੂੰ ਉੱਪਰ ਬੋਡੀ ਦੇ ਉੱਤੇ ਕੰਮ ਆਏਗਾ نیچے ਫਲੇਅਰ ਦੇ ਵਿੱਚ ਕੰਮ ਆਏਗਾ ਫੁੱਲ ਬਾਜੂ ਹੈ ਔਰ ਇਹਦੀ ਖਾਸ ਗੱਲ ਹੈ ਕਿ ਜਿੱਦਾਂ ਫਰੰਟ ਹੈ ਉਸ ਤਰ੍ਹਾਂ ਹੀ ਇਹਦੀ ਬੈਕ ਆਏਗੀ ਪੂਰੀ ਐਮਬਰਾਇਡਰੀ ਦੇ ਵਿੱਚ ਦੁਪੱਟਾ ਨਾਲ ਫੋਰ ਸਾਈਡ ਦੁਪੱਟਾ ਇਹ ਟੋਟਲ ਫੈਬਰਿਕ ਚਨੌਂਚਪੋਨ ਦੇ ਉੱਤੇ ਆਈ ਹੈ ਲਾ ਸੈਮੀ ਸਿਟ ਦੇ ਅੱਟ ਵਾਈ ਇਹਦੀ ਦੁਪੱਟਾ ਪਿਓਰ ਚਨੌਂਚਪੋਨ ਦਾ ਔਰ ਇਹ ਫੋਰ ਸਾਈਡ ਐਮਬਰਾਇਡਰੀ ਹੈ ਵਿੱਚ ਬੂਟੀ ਆਏਗੀ ਬਿੱਦ ਪਰੰਦੀ ਲਈ ਇਸ ਆਈਟਮ ਨੰਬਰ 16 ਪ੍ਰਾਈਸ ਪਏਗਾ 8550 ਰੁਪਏ ਦਾ ਜੀ ਲੋਜੀ ਨੈਕਸਟ ਲੋਜੀ ਨੈਕਸਟ ਕੰਟਰਾਸਟ ਬਹੁਤ ਫੇਰ ਆਇਆ ਜੀ ਇਹਦਾ ਲਾਈਮ ਗ੍ਰੀਨ ਦੇ ਨਾਲ ਮੂਵ ਕਲਰ ਦੇ ਵਿੱਚ ਆਈ ਸਾਰੀ ਇਸ ਤਾਈ ਦੇ ਵਿੱਚ ਐ ਨੀਚੇ ਸਲਵਾਰ ਆਏਗੀ ਸਾਰੀ ਇਸ ਤਾਈ ਦੇ ਵਿੱਚ ਸਟੇਟ ਸਲਵਾਰ ਹੁੰਦੀ ਉਹਨੂੰ ਅਫਗਾਨੀ ਬਾਟਮ ਬੋਲਦੇ ਆਂ ਅਸੀਂ ਨੀਚੇ ਕਿਰਨ ਲੱਗੀ ਹੁੰਦੀ ਹੈ ਉੱਪਰ embroidery ਹੈ ਲੈਦਰ ਦਾ ਕੰਮ ਹੈ ਤੇ ਲਾਈਟ ਡੋਰੀ ਦਾ ਕੰਮ ਹੈ ਇਹਦੇ ਵਿੱਚ ਨਾਲ ਸ਼ਰਟ ਆਈ ਹੈ ਇਹ ਵਿੱਚ ਅਨਾਰਕਲੀ ਸਟਾਈਲ ਦੇ ਵਿੱਚ ਇਹ ਸਾਰੀਆਂ ਕਲੀਆਂ ਨੇ ਇਹਦੇ ਵਿੱਚ ਫਿਰ ਉਹਦੇ ਉੱਪਰ ਐਮਬਰਾਇਡਰੀ ਹੈ ਸਾਰੀ ਇਸ ਤਰ੍ਹਾਂ ਇਹ ਪੂਰੀ ਸ਼ਰਟ ਦਾ ਇਸ ਤਰ੍ਹਾਂ ਫਰੰਟ ਆਏਗਾ ਪੂਰਾ ਫਲੇਅਰ ਦੇ ਉੱਤੇ ਕੰਮ ਆਏਗਾ ਔਰ ਜਿੱਦਾਂ ਫਰੰਟ ਹੈ ਉਸੇ ਹੀ ਸੇਮ ਕੰਮ ਬੈਕ ਤੇ ਵੀ ਆਏਗਾ ਫਲੇਅਰ ਦੇ ਉੱਤੇ neck ਆਏਗਾ ਪੂਰਾ ਹੈਵੀ 4 ਸਾਈਡ ਦੇ ਨਾਲ ਦੁਪੱਟਾ ਆਏਗਾ ਇਸ ਤਾਈ ਦੇ ਵਿੱਚ 4 ਸਾਈਡ ਦੁਪੱਟੇ ਤੇ ਐਮਬਰਾਇਡਰੀ ਹੈ ਲੈਦਰ ਦਾ ਕੰਮ ਆਏਗਾ ਚਨੌਨ ਸ਼ਫੌਨ ਦੀ ਚੁੰਨੀ ਆ ਡੂਪੀਨ ਦਾ ਪੂਰਾ ਕਨਸੈਪਟ ਹੈਗਾ ਦੇ ਹੋਜੀ ਪ੍ਰਾਈਸ ਕੀ ਆ ਆਈਟਮ ਨੰਬਰ 17 ਪ੍ਰਾਈਸ ਪਏਗਾ 11160 ਰੁਪਏ ਜੀ ਇਹਦਾ ਇਹ ਨੂੰ ਸਾਈਲ ਕੋ ਨਹੀਂ ਸਾਲਟ ਇਧਰੋਂ ਲੋ ਜੀ ਕੈਚ ਦੇਣਾ ਜਰਾ ਇਹ ਸਟੇਟ ਸਲਵਾਰ ਦੇ ਵਿੱਚ ਆਈਟਮ ਆਏਗੀ ਇਸ ਤਾਂ ਇਹ ਸਾਰਾ ਗੋਟੇ ਦਾ ਕੰਮ ਆਏਗਾ ਉਹਦੇ ਸ਼ੀਸ਼ੇ ਦੀ ਐਮਬਰਾਇਡਰੀ ਆਏਗੀ ਰਾਉਂਡਿੰਗ ਦੇ ਵਿੱਚ ਸਾਰੀ ਇਸ ਤਾਂ ਜੀ ਪੂਰਾ ਟੋਟਲ ਗੋਟੇ ਦੀ ਐਮਬਰਾਇਡਰੀ ਹੈ ਨਾਲ ਸ਼ਰਟ ਹੋਲੀ ਵਟੇਰਾ ਇਹਦੇ ਜਿਹੜਾ ਸ਼ਰਟ ਆਏਗੀ ਉਸ ਅਨਰਕਲੀ ਦੇ ਵਿੱਚ ਆਏਗੀ ਪਿਓਰ ਜੈਪੂਰੀ ਦੇ ਵਿੱਚ ਕਨਸੈਪਟ ਆਈ ਹੈ ਲਾ ਆ ਚੁਈ ਆਏਗੀ ਜੈਪੂਰੀ ਦੇ ਵਿੱਚ ਆਈਟਮ ਆਏਗੀ ਉਹਨਾਂ ਦਾ ਦੁਕਾਨ ਤੇ ਹੈਲੋ ਹੈਲੋ ਪੂਰਾ ਫਲੇਅਰ ਦੇ ਉੱਤੇ ਐਮਬਰਾਇਡਰੀ ਹੈ ਦੁਕਾਨ ਪਹਿਲਾਂ ਰਾਜਵੇ ਬਲਾ ਰਿਹਾ ਹੈ ਕਲੀਆਂ ਦੇ ਵਿੱਚ ਪੂਰੀ ਐਮਬਰਾਇਡਰੀ ਆਏਗੀ ਸ਼ੀਸ਼ੇ ਦੀ ਨਾਲ-ਨਾਲ ਇਹਦੇ ਵਿੱਚ ਉੱਪਰ ਨੈਕ ਸੈਟਿੰਗ ਆਏਗੀ ਪੂਰਾ ਪਿਓਰ ਬੰਦੇਸ ਦਾ ਫੈਬਰਿਕ ਹੈ ਜੀ ਇਹਦਾ ਬਿਹੜੇ ਬੈਕ ਵੀ ਸਾਰੇ ਮੜੀਏ ਦੀ ਨਾਲੇ ਸੇ ਮੇਰੇ ਸਾਈ ਬੈਕ ਤੇ ਪ੍ਰਿੰਟਿੰਗ ਆਏਗੀ ਵਿਦ ਕਲੀਆਂ ਦੇ ਵਿੱਚ ਬਹੁਤ ਪਿਆਰਾ ਕਨਸੈਪਟ ਹੈ ਟੋਟਲ ਸਾਰਾ ਇਹ ਮਲਟੀ ਹੱਡ ਦਾ ਕੰਮ ਹੈ ਜੀ ਇਹਦਾ origignal ਸ਼ੀਸ਼ੇ ਦਾ ਕੰਮ ਹੈ ਰੀਅਲ ਪਿੱਟੇ ਦਾ ਕੰਮ ਹੈ origignal ਗੋਟਾ ਲੱਗਿਆ ਹੋਇਆ ਫੁੱਲ ਨੈਕ ਆਏਗਾ ਹੈਵੀ ਦੇ ਵਿੱਚ ਦੁਪੱਟਾ ਆਏਗਾ ਪਿਓਰ ਦੇ ਵਿੱਚ ਦੁਪੱਟਾ ਚਰਨਚਫੋਂ ਦਾ ਉਹਦੇ ਵਿੱਚ ਫੋਰ ਸਾਈਡ ਦੁਪੱਟੇ 'ਚ ਐਮਬਰਾਇਡਰੀ ਹੈ ਪੇਸਟਿੰਗ ਹੈ ਬਲੈਕ ਕਲਰ ਦਾ ਦੁਪੱਟਾ ਆ ਲੁੱਕ ਆਏਗੀ ਪੂਰੇ ਆਈਟਮ ਦੀ ਆਈਟਮ ਨੰਬਰ 18 ਪ੍ਰਾਈਸ ਪਏਗਾ 11160 ਜੀ ਡਬਲ 1160 ਨੈਕਸਟ ਲੋ ਜੀ ਲੋ ਜੀ ਕਿਹ ਚੀਜ਼ ਆਈ ਗਈ ਹੈ ਵੀ ਅਫਗਾਨੀ ਬੋਟਲ ਵਿੱਚ ਚਕ ਕੰਟਰਾਸਟ ਬਹੁਤ ਪਿਆਰਾ ਹੈ ਇਹ ਗ੍ਰੀਨ ਦੇ ਨਾਲ ਆਈਟਮ ਆਈ ਹੈ ਗ੍ਰੀਨ ਦੇ ਨਾਲ ਰਾਮਾ ਗ੍ਰੀਨ ਤੇ ਹੌਟ ਪਿੰਕ ਦੇ ਵਿੱਚ ਗ੍ਰੇ ਕਲਰ ਦਾ ਐਕਚੁਅਲੀ ਬਲੂਸ਼ ਗ੍ਰੇ ਕਲਰ ਦੀ ਹੈ ਚਰੌਂਚ ਫੌਂਦਾ ਫੈਬਰਿਕ ਹੈ ਜਿਹਦੀ ਬੋਟਮ ਸਿਚ ਕੀਤੀ ਹੈ ਉਦੇ ਉੱਪਰ ਦੋ ਤਰ੍ਹਾਂ ਦੇ ਪੈਚਿੰਗ ਨੇ ਤਿੰਨ ਤਰ੍ਹਾਂ ਦੇ ਪੈਚਿੰਗ ਸੌਰੀ ਇੱਕ ਰਾਮਾ ਗ੍ਰੀਨ ਇੱਕ ਰੂਬੀ ਕਲਰ ਤੇ ਇੱਕ ਮਹਿੰਦੀ ਗ੍ਰੀਨ ਕਲਰ ਦੇ ਤਿੰਨ ਤਰ੍ਹਾਂ ਦੇ نیچے ਬਾਰਡਰ ਨੇ ਇਹ एक्चुअली ਸਭਿਆ ਸਾਂਚੀ ਦਾ ਕਨਸੈਪਟ ਆਂਦਾ ਜਿਹੜਾ ਪੀਸ ਜਿਹਦਾ ਰੇਟਿੰਗ ਲਾ तकरीबन 32000 35000 ਉਹਨੂੰ ਸਿਰਫ ਥੋੜਾ ਜਿਹਾ ਲਾਈਟ ਕਲਰ ਲਾਈਟ ਦੇ ਵਿੱਚ ਬਣਾਈ ਹੈ ਠੇਵੇਂ ਇਹ ਸ਼ਰਟ ਦੇ نیچے ਪੂਰਾ ਹੈਵੀ ਬਾਰਡਰ ਦਿੱਤਾ ਹੀ ਇਹਦਾ ਉਸ ਤਾਂ ਹੀ ਤਿੰਨ ਕਲਰ ਦੀ ਪੈਚਿੰਗ ਹੈ ਮੈਂ ਸੰਟਾ ਰਾਮਾ ਗ੍ਰੀਨ ਤੇ ਮਹਿੰਦੀ ਕਲਰ ਦਾ ਫਿਰ ਉਹਦੇ ਉੱਪਰ ਮੋਟਿਵ ਦਿੱਤੇ ਨੇ ਸ ਤਾਂ ਬੂਟੀ ਵਿੱਚ ਗੋਟੇ ਦੀ ਓਰੀਜਨਲ ਥੀ ਇਹ ਪੂਰਾ ਫਲੇਅਰ ਆਏਗਾ ਸਾਰੇ ਇਸ ਤਰ੍ਹਾਂ نیچے ਦੇ ਆ ਲੁੱਕ ਆਏਗੀ ਪੂਰੇ ਆਰਟੀਕਲ ਹੀ ਦੇਖੋ ਇਸ ਦਾ ਪੂਰਾ ਹੈਵੀ ਨੈਕ ਆ ਗਿਆ نیچے ਬਾਰਡਰ ਆ ਗਿਆ ਤੇ ਦੁਪੱਟਾ ਇਸ ਤਾਂ ਤਿੰਨ ਕਲਰ ਦੇ ਵਿੱਚ ਦੁਪੱਟਾ ਸੇਮ ਗ੍ਰੇ ਰਾਮਾ ਤੇ ਹੌਟ ਪਿੰਕ ਬਹੁਤ ਐਕਸਕਲੂਸਿਵ ਕਨਸੈਪਟ ਹੈ ਇਹਦਾ ਔਰ ਪ੍ਰਾਈਸ ਦੇਖੋ ਕੀ ਨਿਕਲੇ ਸਿਰਫ 10690 ਫੁੱਲੀ ਸਟੀਚ ਆਈਟਮ ਹੈ ਸਾਈਜ਼ 38 40 42 इजीली ਬਣ ਜਾਏਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਕਿਸ ਤਰ੍ਹਾਂ ਦੀ ਜੀ ਆਈਟਮ ਨੰਬਰ 19 ਹੈ ਜੀ ਪ੍ਰਾਈਸ ਪਏਗਾ 10690 ਲੋ ਜੀ ਕਿਹੜਾ ਟੀਮ ਆਇਆ ਕਿ ਦੇਖਣਾ ਜਰਾ ਬੀ ਬਹੁਤ ਡਿਫਰੈਂਟ ਕਨਸੈਪਟ ਹੈ ਇਹ ਇਹ ਪਿਓਰ ਜਾਰਜਟ ਦੇ ਵਿੱਚ ਇਹ ਪਲਾਜ਼ੋ ਆਏਗਾ ਸਾਰਾ ਯਾਰਾ ਸੀ ਗ੍ਰੀਨ ਕਲਰ ਦੇ ਵਿੱਚ ਇਹਦੇ نیچے ਪੂਰੀ ਜਿਹੜੀ ਉੱਪਰ ਸ਼ਰਟ ਆਏਗੀ ਸਾਰੀਆਂ ਕਲੀਆਂ ਆਉਣਗੇ ਨਾਲ ਕਲੀ ਦੇ ਵਿੱਚ ਯਾਰਾ ਅਨੇਕੋ ਇਹ ਸਾਰੀ ਨਾ ਇੱਕ ਕਲੀ ਇਸ ਤੋਂ ਲੈ ਕੇ ਦੇ ਦਿੱਤੀ। ਉਹਦੇ ਵਿੱਚ ਪਹਿਲਾਂ ਚਿਕਨਕਾਰੀ ਕੀਤਾ ਹੋਇਆ। ਪਹਿਲਾਂ ਚਿਕਨਕਾਰੀ ਇਸਾ ਲਾਈਨਾਂ ਦੇ ਵਿੱਚ ਹੈ ਫਿਰ ਇਹਦੇ ਚਰਾਉਂਡਿੰਗ ਦੇ ਵਿੱਚ ਹੈ। ਫਿਰ ਜਿਓਮੈਟ੍ਰੀਕਲ ਦੇ ਵਿੱਚ ਚਿਕਨਕਾਰੀ ਹੈ ਫਿਰ ਉਹਦੇ ਟੈਂਪਲ ਸਟਾਈਲ ਚਿਕਨਕਾਰੀ ਹੈ। ਫਿਰ ਸ਼ੀਸ਼ੇ ਦਾ ਕੰਮ ਹੈ, ਕੜਦਾਨੇ ਦਾ ਕੰਮ ਹੈ। 오ਰੀਜਨਲ ਪਿਓਰ ਸਰਵੋਸਕੀ ਦਾ ਕੰਮ ਹੈ। ਇਹ ਪੂਰੀ ਕਲੀ ਆਏਗੀ ਇਸ ਤੋਂ ਉੱਪਰ ਤੱਕ ਇਹਦੇ ਵਿੱਚ। ਉੱਪਰ ਜਾ ਕੇ ਕਲੀ ਲਾਈਟ ਹੋ ਜਾਂਦੀ ਹੈ। ਐਕਚੁਅਲੀ ਸ਼ੋਲਡਰ ਤੋਂ ਕਲੀ ਸ਼ੁਰੂ ਹੁੰਦੀ ਹੈ ਇਹਦੀ। ਨੀਚੇ ਤੱਕ ਹੈ ਵੀ ਕਲੀ ਇਹਦੇ ਵਿੱਚ। ਇਹ ਲੈਂਥ ਹੋਏਗੀ तकरीबन ਇਹਦੀ 55 ਦੇ ਆਸ-ਪਾਸ। अनारकली आएगा ये लॉन्ग ਦੇ ਵਿੱਚ ਪੂਰੀ ਸ਼ਰਟ ਆਏਗੀ نیچے ਪਲਾਜ਼ੋ ਆਏਗਾ ਫੁੱਲ ਬਾਜੂ ਦੁਪੱਟਾ ਪਲੇਨ ਸੀ ਗ੍ਰੀਨ ਕਲਰ ਹੈ ਇਹਦਾ ਪਿਓਰ ਜਾਰਜਟ ਤੇ ਚिकनकारी ਵਿਦ ਹਾਈਲਾਈਟਿੰਗ ਦੇ ਵਿੱਚ ਪ੍ਰਾਈਸ ਜੋ ਬਾਜੀ ਕੀ ਨਿਕਲਿਆ ਇਹ ਵੈਸੇ 18000 20000 ਤੋਂ ਰੇਂਜ ਸਟਾਰਟ ਹੁੰਦੀ ਹੈ ਇਹ ਫਸਟ ਟਾਈਮ ਆਈਟਮ ਹਨ ਕਿਉਂਕਿ ਅਸੀਂ ਫਰੰਟ ਹੈਵੀ ਰੱਖਿਆ ਬੈਕ ਇਹਦੀ ਪਲੇਨ ਰੱਖੀ ਹੈ ਤੇ ਪ੍ਰਾਈਸ ਇਹਦਾ ਦੇਖ ਲਿਆ 10800 ਸਿਰਫ ਸੀ ਗ੍ਰੀਨ ਪਿਓਰ ਜਾਰਜਟ ਤੇ ਫੁੱਲ ਸਟੇਜ ਸਾਈਜ਼ ਉਹੀ ਬਨੇਗਾ 38 40 42 ਤੱਕ ਦਾ ਆਈਟਮ <coughs> ਨੰਬਰ 20 ਹੈ ਜੀ ਪ੍ਰਾਈਸ ਪਏਗਾ 10080 ਜੀ ਲੋ ਜੀ ਇਹ ਮੈਂ ਤੁਹਾਨੂੰ ਦਿਖਾਇਆ ਅੱਜ ਤਕਰੀਬਨ 20 ਪੀਸ ਇਹਦੇ ਵਿੱਚ ਕੁਝ ਸੈਮੀ ਸਟਿਚੀ ਕੁਝ ਅਨਾਰਕਲੀ ਪੀਸ ਸੀਗੇ ਕੁਝ ਰੈਡੀमेड ਦੇ ਆਈਟਮਾ ਸੀਗੀਆਂ ਜਿਹੜੀਆਂ ਤੇ ਨੰਬਰ ਤੁਸੀਂ ਇੱਕ ਵਾਰ ਦੁਬਾਰਾ ਫੇਨੋਟ ਕਰ ਲਓ ਜੇ ਨਾ ਤਿੰਨਾਂ ਨੰਬਰਾਂ ਤੇ ਵਟਸਐਪ ਚੱਲਦਾ ਤੁਹਾਨੂੰ ਜੋ-ਜੋ ਚੰਗਾ ਲੱਗਦਾ ਤੁਸੀਂ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ